ਸਸਿਕਾ ਜੀ ਕੀ ਹਾਲ ਚਾਲ ਹੈ ਜੀ ਤੁਹਾਡੇ ਸਾਰਿਆਂ ਦਾ ਜੀ ਅੱਜ ਬਹੁਤ ਹੀ ਵੱਡਾ ਕਰੰਟ ਲੱਗਣ ਵਾਲਾ ਜੀ ਪੰਜਾਬੀ ਕਰੰਟ ਤੇ ਥੋੜਾ ਜਿਹਾ ਰਾਈਟ ਘੁਮਾ ਲੋਗੇ ਘੁਮਾਤਾ ਬਿਨੂ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹਨਾਂ ਰਾਈਟ ਘੁਮਾਓਗੇ ਕਾਰਜ ਗਿੱਲ ਕਾਰਜ ਭਾਜੀ ਸਤਿ ਸ਼੍ਰੀ ਅਕਾਲ ਜੀ ਥੋੜੇ ਹੋਰ ਰਾਈਟ ਘੁਮਾ ਦੋ ਥੋੜਾ ਜਿਹਾ ਘੁਮਾਇਓ ਐਮੀ ਵਰਕ ਜੀ ਤੇ ਥੋੜਾ ਜਿਹਾ ਰਾਈਟ ਘੁਮਾ ਦੋ ਸਤਿ ਸ਼੍ਰੀ ਅਕਾਲ ਜੀ ਜਤਿੰਦਰ ਸ਼ਾਹ ਹਾਂਜੀ ਤੇ ਜੀ ਪ੍ਰਮੋਸ਼ਨ ਹੋ ਰਹੀ ਹੈ ਜੀ ਅੱਜ ਬੈਂਬੂਕਟ ਤੇ ਬੰਬੂਕਾਟ ਤੇ ਰਿਲੀਜ਼ ਹੋ ਰਹੀ ਹੈ ਜੀ ਐਸੀ ਐਫ ਸੀ ਐਕਚੁਅਲੀ ਇਟਸ ਅ ਬੈਂਬੂਕਟ ਬੈਂਬੂਕਟ ਇੰਗਲਿਸ਼ ਵਰਡ ਇਟਸ ਅ ਬੈਂਬੂਕਟ ਇਟਸ ਅ ਮੋਟਰ ਬਾਈਕ ਅਰੇ ਵਾਹ ਜੀ ਵਾਹ ਵਾਹ ਜੀ ਵਾਹ ਤੇ ਫਾਈਨਲੀ ਇਸ ਸ਼ੁਕਰਵਾਰ ਦੇਣ ਜਾ ਰਹੀ ਹੈ ਦਰਸ਼ਕ ਇੱਕ ਹੋਰ ਫਿਲਮ ਪੰਜਾਬੀ ਫਿਲਮ ਐਂਡ ਉਸੇ ਦੀ ਪ੍ਰਮੋਸ਼ਨ ਚੱਲ ਰਹੀ ਹੈ ਸਭ ਤੋਂ ਪਹਿਲਾਂ ਜੀ ਕਿੰਨੇ ਐਕਸਾਈਟਿਡ ਹੋ ਤੁਸੀਂ ਸਾਰੇ ਬਹੁਤ ਜ਼ਿਆਦਾ ਐਕਸਾਈਟਿਡ ਆ ਵੀਰੇ ਪ੍ਰਮੋਸ਼ਨ ਤੇ ਲੱਗੇ ਹੋਏ ਸਾਰੇ ਜਾਣੇ ਸ਼ੁਰੂ ਕੀਤੀ ਕੱਲ ਚੰਡੀਗੜ੍ਹ ਤੋਂ ਸ਼ੁਰੂ ਕੀਤੀ ਫਿਰ ਲੁਧਿਆਣਾ ਚ ਸਾਰਾ ਕਰਕੇ ਆਏ ਫਿਰ ਦੁਬਾਰੇ ਫਿਰ ਹੁਣ ਚੰਡੀਗੜ੍ਹ ਤੇ ਲਗਾਤਾਰ ਪ੍ਰਮੋਸ਼ਨ ਚੱਲ ਰਹੀ ਹੈ ਵੀਰੇ ਪ੍ਰਮੋਸ਼ਨ ਭਾਜੀ ਪ੍ਰੋਡਿਊਸਰ ਸਾਹਿਬ ਤੋਂ ਪੁੱਛਣਾ ਚਾਹਾਂਗਾ ਪਹਿਲੇ ਪ੍ਰੋਡਿਊਸਰ ਸਾਹਿਬ ਤੋਂ ਹੀ ਸ਼ੁਰੂ ਕਰਦੀ ਹੈ ਭਾਜੀ ਆਪਣਾ ਬੈਂਬੂ ਘਾਟ ਕਿੱਥੇ ਹੈ ਮੈਂ ਨਾ ਬੜਾ ਚਾਹ ਰਹੇ ਨਹੀਂ ਬਾਈਕ ਕਿੱਥੇ ਤੁਹਾਡੀ ਬਾਈਕ ਕਿੱਥੇ ਲੋਕਲੀ ਹੈ ਪਰ ਇਸ ਵੇਲੇ ਇੱਥੇ ਨਹੀਂ ਹੈਗੀ ਅਵੇਲੇਬਲ ਨਹੀਂ ਹੈ ਕੋਈ ਕਿਤੇ ਜਾਇਓ ਫਿਰ ਕੋਈ ਹੋਰ ਬਾਈਕ ਹੈਗੀ ਕੋਈ ਹੋਰ ਬਾਈਕ ਚਾਹੋ ਵੈਸੇ ਕਿੰਨੀ ਐਵਰੇਜ ਜਿੰਦੀ ਬਾਈਕ ਹੈ ਤੁਹਾਡੀ ਜਦੋਂ ਵੱਡੀਆਂ ਫਿਲਮਾਂ ਬਣਾਈ ਦੀਆਂ ਫਿਰ ਉਹ ਐਵਰੇਜ ਨਹੀਂ ਵੇਖੀ ਐਵਰੇਜ ਅਭੀ ਬਾਜੀ ਕਿੰਨੇ ਕਿੰਨੇ ਗਏ ਬਾਈਕ ਨਾਲੇ ਉੱਪਰ ਉਹਦੇ ਟੈਂਕੀ ਦੇਖੋ ਕਿਹੜੀ ਲੱਗੀ ਹੋਈ ਹੈ ਦੁੱਧ ਵਾਲੀ ਹੈ ਪੈਟਰੋਲ ਤੇ ਨਹੀਂ ਇਹ ਦੁੱਧ ਤੇ ਚੱਲਦਾ ਅੱਛਾ ਦੁੱਧ ਤੇ ਚੱਲਦਾ ਐਕਸਕਲੂਸਿਵਲੀ ਸਾਡੇ ਪੰਜਾਬੀ ਕਰੰਟ ਦਾ ਹੈ ਕਿ ਦੁੱਧ ਤੇ ਚੱਲਣ ਵਾਲੀ ਪਹਿਲੀ ਇੰਡੀਆ ਦੀ ਬਾਈਕ ਬੈਂਬੂਕਟ ਬਿਲਕੁਲ ਇਕਲੌਤੀ ਇਕਲੌਤੀ ਕਿੰਨੀ ਐਵਰੇਜ ਦਿੰਦੀ ਭਾਜੀ ਕਿੰਨੇ ਗੇੜੇ ਮਾਰੇ ਤੁਸੀਂ ਇਸ ਬਾਈਕ ਤਿੰਨ ਚਾਰ ਗੇੜੇ ਦਿੰਦਾ ਸੀ ਟੈਂਕੀ ਮੁੱਕ ਜਾਂਦੀ ਆ ਦੇਖ ਲਓ ਦੁੱਧ ਢੇਲੀ ਭਾਜੀ ਦੋ ਗੇੜੇ ਦਿੱਤੇ ਦੁੱਧ ਦਾ ਦੁੱਧ ਲੱਸੀ ਦੀ ਲੱਸੀ ਮੱਖਣ ਦਾ ਮੱਖਣ ਸਭ ਅੱਡ ਹੋ ਜਾਂਦਾ ਸਭ ਕੁਝ ਅੱਡ ਹੋ ਜਾਂਦਾ ਬਿਲਕੁਲ ਭਾਜੀ ਵਧੀਆ ਜੀ ਤੇ ਭਾਜੀ ਫਿਰ ਗੱਲ ਕਰੀਏ ਹੁਣ ਫਾਈਨਲੀ ਹੁਣ ਰਿਲੀਜ਼ ਹੋਣ ਵਾਲੀ ਤੁਹਾਡੀ ਇੱਕ ਹੋਰ ਫਿਲਮ ਵੱਡੇ ਪਰਦੇ ਤੇ ਇਸ ਟਾਈਮ ਜ਼ਹਿਨ ਚ ਕੀ ਚੱਲ ਰਿਹਾ ਤੁਹਾਡੇ ਬਹੁਤ ਵਧੀਆ ਰਹੀ ਜੀ ਪੰਜਾਬੀ ਇੰਡਸਟਰੀ ਦੇ ਵਿੱਚ ਮੈਂ ਕਹਿੰਦਾ ਪਹਿਲੇ ਵਾਰੀ ਹੋਇਆ ਜੀ ਨਹੀਂ ਤਾਂ ਤੁਸੀਂ ਬਾਪ ਪੁੱਤ ਦੀਆਂ ਸਟੋਰੀਆਂ ਜ਼ਮੀਨ ਦੀਆਂ ਸਟੋਰੀਆਂ ਜਾਂ ਭਾਬੀ ਦੇ ਉਹਨਾਂ ਦੇ ਗੀਤ ਸੁਣਦੇ ਰਹੇ ਉਹਨਾਂ ਦੇ ਹੋਰ ਭਾਬੀ ਦੇ ਸਾਡੂਆਂ ਤੇ ਮੇਰੇ ਖਿਆਲ ਪਹਿਲੀ ਫਿਲਮ ਹੋਣੀ ਹੈ ਜੀ ਜਿਹੜੀ ਫਿਲਮਾਂਕਣ ਕੀਤਾ ਔਰ ਬੰਬੂ ਕਾਰਡ ਤੁਸੀਂ ਦੇਖ ਹੀ ਰਹੇ ਹੋ ਬੜੇ ਐਕਸਾਈਟਡ ਸੀ ਜਦੋਂ ਸਟੋਰੀ ਸੁਣਾਈ ਜੀ ਇਹ ਆਪਣੇ ਜਸ ਗਰੇਵਾਲ ਉਹਨਾਂ ਦੀ ਲਿਖੀ ਹੋਈ ਸਟੋਰੀ ਹੈ ਬੜੀ ਸਵੀਟ ਜੀ ਸਟੋਰੀ ਹੈ ਜੋ ਤੁਸੀਂ ਫਿਲਮ ਦੇਖੋਗੇ ਤਾਂ ਮੈਂ ਸਮਝਦਾ ਵੀ ਤੁਸੀਂ ਸਾਲਾਂ ਬੱਧੀ ਜਿੱਦਾਂ ਅੰਗਰੇਜ਼ ਫਿਲਮ ਦੀਆਂ ਗੱਲਾਂ ਕੀਤੀਆਂ ਸੀਗੀਆਂ ਹੁਣ ਤੱਕ ਕਰਦੇ ਹੋ ਤਾਂ ਇਸ ਫਿਲਮ ਦੀ ਤੁਸੀਂ ਉਸ ਤਰ੍ਹਾਂ ਗੱਲਾਂ ਕਰੋਗੇ ਸਵੀਟ ਜੀ ਮੈਮਰੀ ਤੁਹਾਡੇ ਕਿਤੇ ਨਾ ਕਿਤੇ ਸਭ ਕੁਛ ਮਾਈਂਡ ਜ਼ਰੂਰ ਰਹੂਗੀ ਸਵੀਟ ਦੀ ਮੈਮਰੀ ਹੈਗੀ ਐਂਡ ਭਾਜੀ ਮਿਊਜ਼ਿਕ ਦੀ ਗੱਲ ਕਰੀਏ ਮਿਊਜ਼ਿਕ ਸੁਪਰਬ ਕਹਿਣਾ ਚਾਹਾਂਗਾ ਹੁਣ ਤਾਂ ਜਤਿੰਦਰ ਭਾਜੀ ਤਾਂ ਕਹੀ ਰਿਹਾ ਨਿਕਲ ਜਾਂਦਾ ਹੋਊਗਾ ਹੁਣ ਬਸ ਹਾਂ ਇਸ ਫਿਲਮ ਨੂੰ ਮੇਰੇ ਤੋਂ ਦੇ ਹੋ ਗਿਆ ਉਸ ਫਿਲਮ ਨੂੰ ਮੇਰੇ ਤੋਂ ਦੇ ਹੋ ਗਿਆ ਬਸ ਹੋ ਗਿਆ ਹੋ ਹੀ ਗਿਆ ਕੁਝ ਨਾ ਕੁਝ ਹੋ ਗਿਆ ਮੈਨੂੰ ਲੱਗਦਾ ਸਮ ਟਾਈਮ ਇਹ ਤਾਂ ਲੱਗਦਾ ਵੀ ਯਾਰ ਇਸ ਫਿਲਮ ਦੀ ਗੱਲ ਕਰ ਰਹੇ ਹੋ ਮੈਂ ਕੱਢ ਜਾ ਕਿਹੜੇ ਦੇ ਅੱਛਾ ਬੰਬੂ ਕਹਾ ਇਹਦਾ ਵੀ ਮੈਂ ਹੀ ਲਿਖਦਾ ਯਾਰ ਕਿਉਂਕਿ ਜਤਿੰਦਰ ਸ਼ਾਹ ਜੀ ਤੋਂ ਬਿਨਾਂ ਕੋਈ ਫਿਲਮ ਅੱਜ ਦੀ ਪੰਜਾਬੀ ਇੰਡਸਟਰੀ ਦੀ ਸਾਰੀਆਂ ਫਿਲਮਾਂ ਅਧੂਰੀਆਂ ਨੇ ਤੇ ਕੋਈ ਵੀ ਸਿੰਗਰ ਭਾਜੀ ਤੋਂ ਬਿਨਾਂ ਅਧੂਰਾ ਹੈ ਮੈਂ ਇਹੋ ਥੋੜੀ ਦੇਰ ਪਹਿਲੇ ਗੱਲ ਚੱਲ ਰਹੀ ਕਿ ਕਿੰਨੀਆਂ ਫਿਲਮਾਂ ਇਸ ਸਾਲ ਆਈਆਂ ਤੁਹਾਡੀਆਂ ਔਨ ਫਲੋਰ ਇਸ ਸਾਲ ਕਿੰਨੀਆਂ ਆ ਚੁੱਕੀਆਂ ਨਜ਼ਰ ਨਾ ਲਾਵੇ ਭਾਜੀ ਉਹ ਬਹੁਤ ਆਈਆਂ ਨੇ ਉਹੀ ਉਹੀ ਪ੍ਰੋਬਲਮ ਹੋਣੀ ਮੈਨੂੰ ਹਿਸਾਬ ਲਾਉਣਾ ਪੈਣਾ ਸਾਲ ਗੱਲ ਕੀਤੀ ਨਹੀਂ ਹੋ ਰਹੀ ਕੀਤੀ ਹੋ ਰਹੀ ਅੱਛਾ ਚੈਨਲ ਨਾਮ ਹੈ ਜੀ ਪੰਜਾਬੀ ਕਰੰਟ ਸਭ ਤੋਂ ਪਹਿਲਾਂ ਕਰੰਟ ਤੁਹਾਨੂੰ ਇਸ ਸਾਲ ਕਿੰਨੇ ਸਭ ਤੋਂ ਜ਼ਿਆਦਾ ਦਿੱਤੇ ਸ਼ੂਟਿੰਗ ਦੇ ਦੌਰਾਨ ਕਰੰਟ ਪੋਜ਼ਿਟਿਵ ਕਰੰਟ ਦਿੱਤਾ ਨੈਗੇਟਿਵ ਕਰੰਟ ਦਿੱਤਾ ਕਿਹੜਾ ਦਿੱਤਾ ਪੋਜ਼ਿਟਿਵ ਕਰੰਟ ਦਾ ਕਰੰਟ ਲੱਗਿਆ ਜੀ ਪੋਜ਼ਿਟਿਵ ਕਰੰਟ ਸੀਗੇ ਸਾਰੇ ਜਿਹੜੇ ਕਰੰਟਾਂ ਦੇ ਨਾਲ ਦਿਮਾਗ ਠੀਕ ਹੁੰਦਾ ਨਾ ਉਹ ਕਰੰਟ ਲੱਗੇ ਨੇ ਇਸ ਫਿਲਮ ਤੋਂ ਤੇ ਰੱਬ ਕਰੇ ਜਿਵੇਂ ਬੰਬੂ ਕਾਟ ਵਰਗੇ ਕਰੰਟ ਸਾਡੀ ਇੰਡਸਟਰੀ ਤੇ ਸਾਡੇ ਸਾਰੇ ਐਕਟਰਾਂ ਦੇ ਲੱਗਦੇ ਪੰਜਾਬੀ ਸਿਨੇਮਾ ਜੀ ਇਸ ਵੇਲੇ ਮੈਂ ਉਹੀ ਕਹਿਣਾ ਹੁੰਦਾ ਜਦੋਂ ਕਿਸੇ ਖੇਤਰੀ ਭਾਸ਼ਾ ਦੇ ਵਿੱਚ ਖੇਤਰੀ ਜ਼ੁਬਾਨ ਦੇ ਵਿੱਚ ਜਦੋਂ ਐਕਸਪੈਰੀਮੈਂਟ ਸ਼ੁਰੂ ਹੋ ਜਾਂਦੇ ਨੇ ਨਾ ਤਾਂ ਸਮਝਦਾ ਉਹ ਭਾਸ਼ਾ ਉਹ ਸਿਨੇਮਾ ਬੁਲੰਦੀਆਂ ਦੇ ਉੱਤੇ ਜੀ ਇਸ ਵੇਲੇ ਸਾਡਾ ਪੰਜਾਬੀ ਸਿਨੇਮਾ ਪੂਰੀ ਨੁਹਾਰ ਦੇ ਉੱਤੇ ਜੀ ਵਾਹਿਗੁਰੂ ਨਜ਼ਰ ਨਾ ਲਾਉਣ ਤੇ ਇਸ ਫਿਲਮ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨ ਨੇ ਕਿਉਂਕਿ ਸਾਰੇ ਜਾਣੇ ਜੁੜੇ ਹੋਏ ਨੇ ਨਹੀਂ ਤਾਂ ਜਿਵੇਂ ਜਤਿੰਦਰ ਸ਼ਾਹ ਜੀ ਬੰਬੇ ਤੋਂ ਆ ਕੇ ਇਸ ਕਾਨਫਰੰਸ ਦੇ ਵਿੱਚ ਸਾਡੇ ਇਸ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ
ਜਦੋਂ ਕਿਸੇ ਘਰ ਦੇ ਵਿੱਚ ਲੜਾਈ ਹੁੰਦੀ ਹੈ ਨਾ ਤਾਂ ਮੁਖੀ ਜਾਂ ਆਲੇ ਦੁਆਲੇ ਵਾਲੇ ਚਾਚੇ ਭਤੀਜੇ ਤੁਹਾਡੇ ਖਿਸਕੀਆਂ ਦੀ ਲੜਾਈ ਹੋ ਪੈਣੀ ਇਹਨਾਂ ਦਾ ਇਹੀ ਹਾਲ ਹੋਣਾ ਯਾਰ ਤਾਂ ਇਹ ਸਾਰੇ ਇਕੱਠ ਜਿਹੜਾ ਸਾਡਾ ਆਪਣਾ ਦੇਖ ਰਹੇ ਹੋ ਸਾਨੂੰ ਬੜੀਆਂ ਉਮੀਦਾਂ ਨੇ ਸਾਡਾ ਪਰਿਵਾਰ ਐਂ ਇਕੱਠਾ ਰਹੂਗਾ ਮੇਰੇ ਸਾਹਿਬ ਇੱਕ ਵਿੱਚ ਹੈਲੋ ਕਰ ਲਿਓ ਅਮੀਰ ਹੈਲੋ ਭਾਜੀ ਇੰਟਰੋਡਿਊਸ ਕਰ ਦਿਓ ਇਹਨਾਂ ਨੂੰ ਵੀ ਪੰਜਾਬੀ ਸਿਨੇਮਾ ਨੂੰ ਹਾਂਜੀ ਇਹ ਵੀ ਇਸ ਫਿਲਮ ਦੇ ਪ੍ਰੋਡਿਊਸਰ ਨੇ ਜੀ ਸ਼ੂਟਿੰਗ ਦੌਰਾਨ ਕਿੰਨੇ ਕਰੰਟ ਲਗਾਇਆ ਸਭ ਤੋਂ ਜ਼ਿਆਦਾ ਕਰੰਟ ਖੁਸ਼ੀ ਵਾਲੇ ਹਾਸੇ ਵਾਲੇ ਲੱਗਦੇ ਰਹੇ ਨੇ ਰੋਜ਼ ਦਿਹਾੜੀ ਅਮੀਕ ਵਿਰਕ ਪ੍ਰੋਡਿਊਸਰ ਨੇ ਇਹਨਾਂ ਨੇ ਫਿਲਮ ਪ੍ਰੋਡਿਊਸ ਕਰਦੇ ਰਹਿਣਾ ਵੀਰ ਹੀਰੋ ਸਾਡਾ ਉਹਨੇ ਵੀ ਫਿਲਮਾਂ ਕਰਦੀਆਂ ਰਹਿਣਾ ਤੇ ਮੇਰਾ ਨਾਮ ਹੈ ਬਿੰਨੂ ਢਿੱਲੋਂ ਮੈਂ ਆਪਦਾ ਨਾਂ ਰਾਸ਼ਨ ਕਾਰਡ ਚ ਬਦਲ ਕੇ ਸ਼ਾਇਦ ਬਿੰਨੂ ਵਿਰਕ ਰੱਖ ਲਾਂਗੇ ਮੈਂ ਵੀ ਜਦੋਂ ਪਹਿਲੀ ਵਾਰੀ ਪੜਿਆ ਨਾ ਐਮੀ ਵਿਰਕ ਤੇ ਅਮੀਕ ਵਿਰਕ ਮੈਂ ਕਿਹਾ ਭਾਜੀ ਨੇ ਸ਼ਾਇਦ ਛੋਟਾ ਸਮਝ ਰਹੇ ਸੀ ਭਾਜੀ ਤੁਸੀਂ ਗਾਣਾ ਤੇ ਬਹੁਤ ਵਧੀਆ ਗਾਉਂਦੇ ਹੋ ਲੇਕਿਨ ਜਿਹੜੇ ਇੱਥੇ ਬਾਕੀ ਬੈਠੇ ਨੇ ਇਹਨਾਂ ਨੂੰ ਛੱਡ ਦਿੰਦੇ ਆ ਜਿਹੜਾ ਕੰਮ ਮਾੜਾ ਕਰਦੇ ਆ ਤਿੰਨਾਂ ਚੋਂ ਸਭ ਤੋਂ ਵਧੀਆ ਗਾਣਾ ਕੌਣ ਗਾਉਂਦੇ ਮੋਸਟਲੀ ਜਿੰਨੇ ਗਾਣੇ ਆ ਸਾਰੇ ਹਿੱਟ ਹੁੰਦੇ ਆ ਉਹਨਾਂ ਦੀ ਕੰਪੋਜ਼ ਜਿਹੜਾ ਕਰਦੇ ਨੇ ਮੈਨੂੰ ਇਹ ਲੱਗਦਾ ਕਿ ਜਿਹੜਾ ਫਿਲਮ ਦਾ ਟ੍ਰੇਲਰ ਦੇਖੇ ਟ੍ਰੇਲਰ ਪਲੱਸ ਗਾਣੇ ਦੇਖੇ ਆ ਸੁਪਰ ਹਿੱਟ ਗਾਣੇ ਤੇ ਜਿਹੜਾ ਕਨਸੈਪਟ ਹੈ ਉਹ ਕਨਸੈਪਟ ਕਿਤੇ ਬਾਲੀਵੁੱਡ ਵਾਲੇ ਤਾਂ ਨੀ ਚੁਰਾ ਲੈਣਗੇ ਤੁਹਾਡਾ ਆਈਏ ਡਿਮਾਂਡ ਆ ਗਈ ਕੋਈ ਡਿਮਾਂਡ ਆ ਗਈ ਹੋਣੀ ਤੁਹਾਨੂੰ ਚੁਰਾ ਨੀ ਸਕਦੇ ਕਿਉਂਕਿ ਤੁਹਾਨੂੰ ਪੰਜਾਬੀਆਂ ਦੇ ਸੁਭਾਅ ਪਤਾ ਨੇ ਮੰਗ ਕੇ ਚਾਹੀਦੀ ਜਿਹੜਾ ਮਰਜ਼ੀ ਲੈ ਲੈ ਸਾਰਾ ਖੇਤ ਵੱਡੇ ਜਾਵੇ ਕੋਈ ਚੱਕਰ ਨੀ ਪਰ ਆ ਰਹੀ ਉਹ ਨੀ ਗੰਨਾ ਚੱਕਣ ਦਿੰਦੇ ਪਰ ਆਰ ਯੂ ਐਕਸਪੈਕਟਿੰਗ ਰੀਮੇਕ ਆਫ ਦਿਸ ਫਿਲਮ ਡੈਫੀਨਿਟਲੀ ਬਣੂ ਭਾਈ ਮੈਨੂੰ ਜਿੱਦਾਂ ਲੱਗਦਾ ਭਾਈ ਡੈਫੀਨਿਟਲੀ ਬਣੂ ਹਿੰਦੀ ਗੱਲ ਕਰਦੇ ਹੁੰਦੇ ਸੀ ਮੈਂ ਭਾਈ ਨਾਲ ਕਰਦਾ ਹੁੰਦਾ ਮੈਂ ਕਿਹਾ ਯਾਰ ਜੇ ਹਿੰਦੀ ਫਿਲਮ ਬਣਨੀ ਹੋਵੇ ਤੇ ਇਹਨਾਂ ਦੀ ਰਿਪਲੇਸਮੈਂਟ ਮੈਨੂੰ ਲੱਗਦਾ ਪੋਸੀਬਲ ਹੀ ਨੀ ਹੈਗੀਆਂ ਹਿੰਦੀ ਸਿਨੇਮਾ ਚ ਵੀ ਐਕਚੁਅਲੀ ਚਾਹ ਵੀ ਹੋਵੇ ਚਾਹ ਬਿਸਕਿਟ ਕੌਣ ਇਹੋ ਜਿਹਾ ਕਿਰਦਾਰ ਕੌਣ ਕਰ ਸਕਣਗੇ ਮਤਲਬ ਬਾਲੀਵੁੱਡ ਸਿਨੇਮਾ ਚ ਬਾਕੀ ਗੱਲ ਮਤਲਬ ਅੱਗੇ ਨਿਕਲਦਾ ਹੀ ਭਾਜੀ ਹਿੰਦੀ ਬੋਲਣੀ ਟ੍ਰਾਈ ਕਰੋ ਦੋਸਤੋ ਕਿਰਦਾਰ ਤੁਸੀਂ ਕਰਨਾ ਤੁਸੀਂ ਇਹ ਕਿਰਦਾਰ ਕਰਨਾ ਸ਼ੁਕਰਾ ਫਿਲਮ ਰਿਲੀਜ਼ ਹੋ ਰਹੀ ਹੈ ਤੁਸੀਂ ਸਾਰੇ ਜਾਂਦੇ ਹੋ ਫਿਲਮਾਂ ਦੇਖਣ ਤੇ ਇੱਕ ਵਾਰੀ ਦੇਖੋਗੇ ਦੂਸਰੀ ਵਾਰੀ ਦੇਖਣ ਜਾਓ ਤੀਸਰੀ ਵਾਰੀ ਦੇਖਣ ਜਾਓ ਪਰ ਜਾਓ ਜ਼ਰੂਰ ਸਿਨੇਮਾ ਜਾ ਕੇ ਦੇਖੋ ਪਰ